ਇੰਡਸਟਰੀ ਦੀ ਸਭ ਤੋਂ ਤੇਜ਼ ਖਬਰਾਂ ਦੇਖਣ ਵਾਸਤੇ ਸਾਡਾ ਦੇਸੀ ਤੜਕਾ ਦੇਸੀ ਤੜਕਾ ਚੈਨਲ ਸਬਸਕ੍ਰਾਈਬ ਕਰੋ ਤੇ ਬੈਲ ਦੇ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਣਾ। ਸਾਡੇ ਨਾਲ ਸਨੈਪਚੈਟ ਤੇ ਕੰਟੈਕਟ ਕਰਨ ਵਾਸਤੇ ਫੋਲੋ ਕਰ ਸਕਦੇ ਹੋ ਦੇਸੀ ਤੜਕਾ ਲਾਈਵ ਦੇਸੀ ਤੜਕਾ ਲਾਈਵ। ਬੇਨਤੀ ਕਰਨੀ ਸੀ ਇੱਕ ਲਾਲੀ ਹੈ ਤਰਨ ਤਾਰਨ ਵਾਲਾ, ਉਹਨੇ ਕੋਈ ਕਿਸੇ ਖਿਲਾਫ ਕੋਈ ਵੀਡੀਓ ਪਾਈ ਹੈ, ਪਤਾ ਨਹੀਂ ਕੀ ਕੀਤਾ ਉਹਨੇ ਕੀ ਨਹੀਂ ਕੀਤਾ। ਉਹ ਬੰਦਿਆਂ ਦਾ ਸਮਝੌਤਾ ਕਰਾਉਣ ਲਈ ਉਹਨੂੰ ਘਰ ਲੈ ਕੇ ਗਏ ਨੇ, ਘਰ ਲਿਜਾ ਕੇ ਉਹਨੂੰ ਕੁੱਟਿਆ। ਬਾਈ ਜੀ ਬਾਅਦ 'ਚ ਕਰਾਂਗੇ ਗੱਲ ਆਪਾਂ, 2 ਮਿੰਟ ਬਾਅਦ 'ਚ, ਪਹਿਲਾਂ ਆਪਣੀ ਗੱਲ ਕਹਿ ਲਈਏ ਫਿਰ ਆਪਾਂ ਗੱਲਾਂ ਕਰ ਲਾਂਗੇ। ਘਰ ਲਿਜਾ ਕੇ ਉਹਦੇ ਹੱਥੀ ਪੈ ਗਏ ਨੇ। ਪਹਿਲੀ ਗੱਲ ਤਾਂ ਜਿਹੜਾ ਬੰਦਾ ਘਰ ਆ ਜਾਏ, ਚਾਹੇ ਦੁਸ਼ਮਣ ਆ ਜਾਏ, ਦੁਸ਼ਟ ਆ ਜਾਏ, ਚੋਰ ਆ ਜਾਏ, ਜਿਹੜਾ ਮਾਫ਼ੀ ਮੰਗਣ ਆ ਗਿਆ, ਉਹਦੇ ਗਲ ਪੈਣਾ ਬਣਦੇ ਹੀ ਨਹੀਂ, ਉਹਦੇ ਚਪੇੜਾਂ ਮਾਰੀਆਂ ਨੇ ਪਹਿਲੀ ਗੱਲ ਤਾਂ। ਇੱਥੋਂ ਹੀ ਉਹਨਾਂ ਦਾ ਪਤਾ ਲੱਗਦਾ ਵੀ ਕਿੱਡੇ ਹੰਕਾਰੇ ਲੋਕ ਨੇ, ਵੀ ਘਰ ਸੱਦ ਕੇ ਬੰਦੇ ਦੇ ਗਲ ਪੈ ਗਏ। ਦੂਜੀ ਗੱਲ, ਲਾਲੀ ਜਿਹੜੀ ਏਡੀ ਵੱਡੀ ਕਿਰਪਾਨ ਲਈ ਫਿਰਦਾ ਗਲ ਦੇ ਵਿੱਚ ਪਾ ਕੇ, ਵੀ ਉਹ ਉਹਨੇ ਬੰਦਾ ਪੁੱਛੇ ਵੀ ਤੂੰ ਇਹ ਹੁਣ ਬਾਹਮਣੀ 'ਚ ਲੈਣੀ ਸੀ ਜਾਂ ਕਾਹਦੇ ਲਈ ਚੁੱਕੀ ਫਿਰਦਾ ਏਡੀ ਕਿਰਪਾਨ, ਜੇ ਚਪੇੜਾਂ ਖਾ ਲਈਆਂ ਦਾੜੇ ਵਾਲੇ ਮੂੰਹ 'ਤੇ। ਅਤੇ ਤੀਜੀ ਗੱਲ ਇਹ ਆ ਵੀ ਜਿਹੜੇ ਬੰਦੇ ਉਹਨੂੰ ਲੈ ਕੇ ਗਏ ਨੇ ਸਮਝੌਤਾ ਕਰਾਉਣ, ਵੱਡੀਆਂ ਕਿਰਪਾਨਾਂ ਚੁੱਕੀ ਫਿਰਦੇ ਸਨ, ਉਹਨਾਂ ਦੇ ਸਾਹਮਣੇ ਉਹਨੂੰ ਕੁੱਟਿਆ, ਉਹ ਕਾਹਦੇ ਪੰਚਾਇਤੀ ਸਨ? ਜੇ ਵੱਡੀਆਂ ਕਿਰਪਾਨਾਂ ਪਾਈਆਂ, ਚੋਲੇ ਪਾਏ ਨੇ, ਜਾਂ ਜੇ ਪੰਜ ਆਉਂਦੇ ਨੇ ਇਕੱਠੇ ਹੋ ਜਾਂਦੇ, ਪੰਜ ਪਿਆਰੇ ਨਹੀਂ ਹੁੰਦੇ, ਪੰਜ ਕਈ ਵਾਰ ਕਾਂ ਵੀ ਹੁੰਦੇ ਨੇ, ਕਾਵਾਂ ਦੀ ਪੰਚਾਇਤ ਵਾਲਾ ਕੰਮ ਹੋਇਆ। ਸਭ ਤੋਂ ਪਹਿਲੀ ਗੱਲ ਤਾਂ ਜਿਹਨੇ ਘਰ ਆ ਇਹਨੂੰ ਕੁੱਟਿਆ ਉਹ ਮਾੜਾ, ਦੂਜੀ ਗੱਲ ਜਿਹੜਾ ਵੱਡੇ ਗਲ 'ਚ ਕਿਰਪਾਨ ਠੋਕੀ ਫਿਰਦਾ ਪਖੰਡੀ ਬੰਦਾ, ਉਹਨੇ ਕੱਢੀ ਨਹੀਂ ਮੌਕੇ 'ਤੇ, ਉਹ ਉਦੋਂ ਭੈੜਾ। ਤੀਜੀ ਗੱਲ, ਜਿਹੜੇ ਪੰਚਾਇਤੀ ਉਹਨਾਂ ਨੂੰ ਉੱਥੇ ਲੈ ਕੇ ਗਏ ਨੇ ਉਹ ਉਦੋਂ ਮੂਰਖ, ਜਿਹਨਾਂ ਕਟਾਇਆ ਤੇ ਫਿਰ ਬਾਅਦ 'ਚ ਫਿਰ ਮਾਫ਼ੀ ਮੰਗਾਈ, ਚਲੋ ਕੋਟੀ ਲਿਆ ਛਿੱਤਰ ਹੀ ਮਾਰ ਲਿਆ ਫਿਰ ਮਾਫ਼ੀ ਕਾਹਦੀ ਰਹਿ ਗਈ। ਤੀਜੀ ਗੱਲ, ਉਹ ਬੁੱਢਾ ਵਾਰ ਵਾਰ ਇੱਕੋ ਹੀ ਗੱਲ ਕਰਦਾ ਹੈ ਵੀ ਸਿਰ ਦੇ ਦੇ ਸਿਰ ਲੈ ਲੈ, ਸਿਰ ਦੇ ਸਿਰ ਲੈ ਲੈ, ਇੱਕੋ ਹੀ ਗੱਲ ਕਰਦਾ, ਕਹਿੰਦਾ ਇੱਕ ਕਿਰਪਾਨ ਤੂੰ ਫੜ ਲੈ, ਲਾਲੀ ਨੂੰ ਕਹਿੰਦਾ ਇੱਕ ਮੈਂ ਫੜ ਲੈਂਦਾ ਵਾਂ, ਜੇ ਤੇਰੇ 'ਚ ਦਮ ਹੈ ਤਾਂ ਸਿਰ ਦੇ ਦੇ ਅਤੇ ਸਿਰ ਲੈ ਲੈ। ਤਾਂ ਮੈਂ ਉਸ ਗੱਲ ਦਾ ਮੈਂ ਇਹ ਕਹਿਣਾ ਚਾਹੁੰਦਾ ਵੀ ਲਾਲੀ ਦਾ ਤਾਂ ਮੈਨੂੰ ਪਤਾ ਨਹੀਂ, ਨਾ ਮੈਂ ਅੰਮ੍ਰਿਤਧਾਰੀ ਹਾਂ ਅਤੇ ਨਾ ਹੀ ਮੈਂ ਕੋਈ ਸਿੱਖਾਂ 'ਚ ਵੀ ਗਿਣਿਆ ਜਾਂਦਾ, ਅਤੇ ਸਿਰ ਲੈਣ ਦੇਣ ਦੀ ਜੇ ਤੂੰ ਕਰਨੀ ਚਾਹੁੰਦਾ ਨਾ ਉਹਨੂੰ ਬਜ਼ੁਰਗ ਨੂੰ, ਮੈਂ ਕਹਿੰਦਾ ਮੇਰਾ ਨੰਬਰ ਹੈ 97-816-4635, ਮੈਨੂੰ ਫੋਨ ਕਰ ਲਵੇ ਜਿੱਥੇ ਮਰਜ਼ੀ ਖਾੜਾ ਬੰਨ ਕੇ ਸਿਰ ਲੈਣ ਦੇਣ ਦੀ, ਜਾਂ ਮਰਾਂਗੇ ਜਾਂ ਮਾਰਾਂਗੇ ਕਰ ਲਾਂਗੇ ਆਪਾਂ, ਮੈਂ ਤਿਆਰ ਹਾਂ ਇਸ ਕੰਮ ਲਈ। ਮੈਂ ਤੈਨੂੰ ਵਿਖਾਉਣਾ ਵੀ ਆਮ ਬੰਦਾ ਇੰਨਾ ਕੰਮ ਕਰ ਸਕਦਾ, ਤੂੰ ਤਾਂ ਸਿੰਘਾਂ ਨੂੰ ਮੰਗਾ ਰਿਹਾ, ਉਹ ਤਾਂ ਸ਼ੇਰ ਦੇ ਬਾਣੇ ਦੇ ਵਿੱਚ ਕੋਈ ਗਿੱਦੜ ਸੀ ਜਿਹਨੂੰ ਤੁਸੀਂ ਕੁੱਟ ਲਿਆ, ਤੁਸੀਂ ਪਹਿਲਾਂ ਇੱਧਰ ਗਿੱਦੜਾਂ ਲਈ ਆਓ, ਅਸੀਂ ਤਾਂ ਸ਼ੇਰ ਦਾ ਬਾਣਾ ਵੀ ਨਹੀਂ ਪਾਇਆ, ਸ਼ੇਰ ਵੀ ਨਹੀਂ ਹੈਗੇ, ਅਸੀਂ ਤਾਂ ਖਾਲਸੇ ਵੀ ਨਹੀਂ। ਸਿਰ ਦੇਣ ਲੈਣ ਦੇਣ ਦੀ ਜੇ ਬਾਜ਼ੀ ਲਾਉਣੀ ਹੈ ਮੇਰੇ ਨਾਲ ਲਾਵੇ, ਤੇਗ ਮੈਂ ਫੜ ਲਾਂਗਾ, ਤੇਗ ਤੂੰ ਫੜ ਲਈ ਅਤੇ ਪਤਾ ਲੱਗ ਜਾਏਗਾ, ਜਾਂ ਮੈਂ ਰਹਿ ਜਾਵਾਂਗਾ ਜਾਂ ਤੁਸੀਂ ਰਹਿ ਜਾਓਗੇ। ਇਹ ਸਭ ਜੋ ਹੋਇਆ ਬਹੁਤ ਮਾੜਾ ਹੋਇਆ, ਇਹ ਹੰਕਾਰ ਸੀ, ਇਹ ਹੰਕਾਰ ਦਾ ਸਿਰਾ ਸੀ ਘਰ ਸੱਦ ਕੇ ਬੰਦੇ ਨੂੰ ਕੁੱਟਣਾ, ਅਤੇ ਉਦੋਂ ਵੱਧ ਬੁਜਦਲੀ ਕੋਈ ਨਹੀਂ ਜਿਹੜਾ ਚਪੇੜਾਂ ਖਾਂਦਾ ਰਿਹਾ ਗਲ ਦੇ ਵਿੱਚ ਕਿਰਪਾਨ ਪਏ ਸੀ, ਅਤੇ ਉਦੋਂ ਵੱਧ ਮੂਰਖ ਕੋਈ ਨਹੀਂ ਜਿਹੜਾ ਨਾਲ ਲੈ ਕੇ ਗਿਆ ਅਤੇ ਜਾ ਕੇ ਛਿੱਤਰ ਪਵਾ ਕੇ ਲਿਆ। ਅਤੇ ਜਿਹੜਾ ਆਉਂਦਾ ਨਾ ਸਿਰ ਦੇ ਦਿਓ, ਸਿਰ ਲੈ ਲਓ ਅਤੇ ਆ ਜਾਓ ਮੇਰੇ ਨਾਲ, ਆ ਜਾਓ ਜਿੰਨੇ ਆਉਣਾ, ਸਿਰ ਸਿਰ ਧੜ ਦੀ ਬਾਜੀ ਹੈ, ਆ ਜਾਓ ਜਿੰਨੇ ਆਉਣਾ, ਬਸ ਇੰਨੀ ਗੱਲ ਕਹਿਣੀ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਵੀ ਉਹਨਾਂ ਤੱਕ ਪਹੁੰਚ ਜਾਵੇ, ਉਹ ਇਸਾਈਆਂ ਨੇ ਜਿਹੜਾ ਇਹ ਕੰਮ ਕੀਤਾ ਨਾ ਉਹਨਾਂ ਤੱਕ ਪਹੁੰਚ ਜਾਵੇ, ਉਹਨਾਂ ਨੂੰ ਪਤਾ ਲੱਗ ਜਾਵੇ ਵੀ ਸਿਰ ਧੜ ਦੀ ਬਾਜੀ ਲਾਉਣ ਵਾਲੇ ਵੀ ਹੈਗੇ ਨੇ। ਉਹ ਆਉਂਦਾ ਵੀ ਮੈਂ ਬੜਾ ਬਦਮਾਸ਼ ਹਾਂ, ਉਹ ਇਹ ਗੱਲ ਵਾਰ ਵਾਰ ਕਰਦਾ ਵਿੱਚ, ਅਤੇ ਕੋਈ ਗੱਲ ਨਹੀਂ ਲੱਗ ਜਾਏਗਾ ਪਤਾ ਮੈਦਾਨ 'ਚ, ਉਹਨੂੰ ਆਖੇ ਹੁਣ ਚੈਲੰਜ ਸਵੀਕਾਰ ਕਰੇ ਸਿੰਘ ਦਾ, ਨਾ ਤਾਂ ਮੈਂ ਅੰਮ੍ਰਿਤਧਾਰੀ ਹਾਂ ਨਾ ਮੈਂ ਖਾਲਸਾ ਹਾਂ, ਮੈਂ ਤਾਂ ਆਮ ਬੰਦਾ ਹਾਂ, ਮੇਰੇ ਨਾਲ ਆਵੇ ਮੈਂ ਵੇਖਾਂਗਾ ਤਮਾਸ਼ਾ, ਵੇਖੀ ਜਾਏਗੀ ਇੱਕ ਰਹਿ ਜਾਏਗਾ ਜਿਹੜਾ ਮਰਜ਼ੀ ਰਹਿ ਜਾਏਗਾ, ਹੈਂ ਜਾਣਾ ਕਿੰਨਾ ਕੁ ਚਿਰ ਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।